ਫਿਰੋਜ਼ਪੁਰ ਦੇ ਜ਼ੀਰਾ ਕਸਬੇ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਆਪ ਅਤੇ ਕਾਂਗਰਸ ਦੇ ਆਗੂਆਂ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਦੋਵਾਂ ਪਾਸਿਆਂ ਦੀ ਇੱਕ ਦੂਜੇ 'ਤੇ ਇੱਟਾਂ ਪੱਥਰ ਵਰਾਏ ਗਏ। ਇਸ ਮੌਕੇ ਗੋਲੀਆਂ ਵੀ ਚਲਾਈਆਂ ਗਈਆਂ। ਇਸ ਘਟਨਾ ਵਿੱਚ ਜ਼ੀਰਾ ਤੋਂ ਸਾਬਕਾ ਕਾਂਗਰਸੀ ਵਿਧਾਇਕ, ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਵੀਰ ਜ਼ੀਰਾ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਦੀ ਜ਼ਖਮੀ ਹੋਇਆਂ ਦੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਜ਼ੀਰਾ ਦੇ ਮੂੰਹ ਦਾ ਇੱਕ ਹਿੱਸਾ ਖੂਨ ਨਾਲ ਭਰਿਆ ਹੋਇਆ ਸੀ। ਭੀੜ ਇੰਨੀ ਬੇਕਾਬੂ ਹੋ ਗਈ ਸੀ ਕਿ ਪੁਲਿਸ ਨੂੰ ਹਵਾ ਵਿੱਚ ਗੋਲੀਆਂ ਚਲਾਉਣੀਆਂ ਪਈਆਂ। ਜਾਣਕਾਰੀ ਮੁਤਾਬਕ ਮਾਮਲਾ ਇੰਨਾ ਵੱਧ ਗਿਆ ਸੀ ਕਿ ਦੋਵਾਂ ਧਿਰਾਂ ਨੇ ਇੱਕ ਦੂਜੇ 'ਤੇ ਗੋਲੀਆਂ ਚਲਾ ਦਿੱਤੀਆਂ। ਮੌਕੇ 'ਤੇ ਭਾਰੀ ਫੋਰਸ ਤੈਨਾਤ ਸੀ। ਫਿਰੋਜ਼ਪੁਰ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਸਨ। ਪੁਲਿਸ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਭੀੜ ਬੇਕਾਬੂ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਹਵਾਈ ਫਾਇਰਿੰਗ ਕੀਤੀ। ਕੁਲਬੀਰ ਜ਼ੀਰਾ ਦੇ ਜ਼ਖਮੀ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਮੈਂ ਦੱਸ ਰਿਹਾ ਕਿ ਹੁਣੇ ਹੁਣੇ ਮੈਨੂੰ ਵੀਡੀਓ ਮਿਲਿਆ ਜਿਸ ਵਿੱਚ ਜ਼ੀਰਾ ਸਾਹਿਬ ਦੇ ਸੱਟਾਂ ਲੱਗੀਆਂ ਸਾਡੇ ਸਾਬਕਾ MLA ਦੇ, ਸਾਡੇ ਛੋਟੇ ਭਰਾ ਦੇ, ਔਰ ਇਹ ਸਾਰਾ ਕੁਝ ਪੁਲਿਸ ਦੀ ਦੇਖ ਰੇਖ ਦੇ ਥੱਲੇ ਹੋ ਰਿਹਾ ਹੈ। ਪੰਜਾਬ ਦੇ DGP ਸਾਹਿਬ ਤੇ ਪੰਜਾਬ ਦੇ ਲਾਅ ਐਂਡ ਆਰਡਰ ਦੇ ADGP ਤੇ SSP ਮੈਡਮ ਦੀ ਦੇਖ ਰੇਖ ਦੇ ਥੱਲੇ ਹੋ ਰਿਹਾ। ਇੱਕ DSP ਆ ਉੱਥੇ ਜਿਹੜਾ ਟਰਾਲੀਆਂ ਰੋੜੇ ਦੀਆਂ ਭਰਾ ਕੇ ਲੈ ਕੇ ਆਇਆ, ਔਰ ਦੂਜਿਆਂ ਦੇ ਨਾਲ ਉੱਥੋਂ ਦੇ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਨਾਲ ਆਇਆ। ਸਾਡੇ ਬੰਦਿਆਂ 'ਤੇ ਉਹਨੇ ਗੋਲੀਆਂ ਚਲਾਈਆਂ ਅਤੇ ਰੋੜੇ ਚਲਵਾਏ। ਔਰ ਮੈਂ ਪਹਿਲਾਂ ਤਾਂ DSP ਨੂੰ ਦੱਸ ਦੇਣਾ ਚਾਹੁੰਦਾ, ਲੈ ਮਿੱਤਰਾ ਅੱਜ ਗੱਲ ਯਾਦ ਰੱਖੀਂ, ਤੇਰੇ ਜੇ DSP ਨੂੰ ਤੈਨੂੰ ਉਤਾਰ ਕੇ ਡਿਸਮਿਸ ਕਰਕੇ ਤੈਨੂੰ ਜੇਲ੍ਹ 'ਚ ਨਾ ਬੰਦ ਕੀਤਾ ਤਾਂ ਤੂੰ ਰਾਜਾ ਵੜਿੰਗ ਦਾ ਨਾਂ ਬਦਲ ਦੀ। ਇਹ ਨਹੀਂ ਗਾ ਕਿ ਮੈਂ ਉੱਥੇ ਜਾ ਕੇ ਲੱਗ ਜੂੰਗਾ ਉਸ ਚਹੇਤੇ ਲੀਡਰ ਤੋਂ। ਇੱਕ ਗੱਲ ਨੂੰ ਯਾਦ ਰੱਖੀਂ, ਤੇਰੇ ਹੁਣ ਜ਼ੋਰ ਲਾ ਲਾ, ਜੋ ਇਹ ਜ਼ੀਰੇ ਨੂੰ ਤੂੰ ਕੁਛ ਹੋਰ ਕਰ ਸਕਦਾ ਤਾਂ ਉਹ ਵੀ ਕਰ ਲਾ, ਤੇਰਾ ਜਿੰਨਾ ਜ਼ੋਰ ਹੈਗਾ। ਹੁਣ ਕੋਈ ਕਸਰ ਨਾ ਛੱਡੀ, ਇਹਨਾਂ ਨੂੰ ਜ਼ਰੂਰ ਖੁਸ਼ ਕਰ ਲਾ, ਪਰ ਅਸੀਂ ਸਮਾਂ ਆਉਣ 'ਤੇ ਤੈਨੂੰ ਬਖਸ਼ਣਾ ਨਹੀਂ ਗਾ। ਔਰ ਦੂਜੀ ਗੱਲ, IPS ਆਫਿਸਰ ਮੈਡਮ ਤੋਂ ਸਾਨੂੰ ਬਿਲਕੁਲ ਇਹ ਉਮੀਦ ਨਹੀਂ ਸੀ। ਪਹਿਲਾਂ ਵੀ 2 ਵਾਰੀ ਧੱਕਾ ਹੋਇਆ, ਔਰ ਮੂਪ ਦਰਸ਼ਕ ਬਣ ਕੇ IPS ਆਫਿਸਰ ਕੇਵਲ ਆਪਦੀ SSP ਸ਼ਿਪ ਕਰਨ ਵਾਸਤੇ ਇਹ ਮੂਪ ਦਰਸ਼ਕ ਬਣ ਕੇ ਵੇਖ ਰਹੇ ਆ ਸਭ ਕੁਛ, ਪਰ ਸਮਾਂ ਆਉਣ 'ਤੇ ਤੁਹਾਡੇ ਕੈਰੀਅਰ ਦੇ ਨਾਲ ਵੀ ਨਜਿੱਠਿਆ ਜਾਏਗਾ। ਔਰ ਹੁਣ ਜ਼ੀਰਾ ਸਾਹਿਬ ਤੁਹਾਡੇ ਹਵਾਲੇ ਹੈ, ਇਹਨੂੰ ਜੋ ਕਰਨਾ ਤੁਹਾਡੇ ਤੋਂ ਜੋ ਹੁੰਦਾ ਜਿਹੜਾ ਪਰਚਾ ਕਰ ਸਕਦੇ ਹੋ, ਇਹ ਹੁਣ ਤੁਸੀਂ ਕਸਰ ਨਾ ਛੱਡਿਓ ਬੀਬੀ ਜੀ। ਔਰ ਨਾਲ ਮੈਂ ਪੰਜਾਬ ਦੇ DGP ਸਾਹਿਬ ਨੂੰ ਇਹ ਕਹਿਣਾ ਚਾਹੁੰਦਾ, DGP ਸਾਹਿਬ ਤੁਹਾਡੇ ਤੋਂ ਗੈਂਗਸਟਰ ਦਾ ਤਾਂ ਕੁਝ ਹੁੰਦਾ ਨਹੀਂ ਹੈ, ਔਰ ਜਿਸ ਪ੍ਰਕਾਰ ਤੁਸੀਂ ਗੁੰਡਾਗਰਦੀ ਹੁਣ ਸਾਡੇ MLA ਨੂੰ ਹੀ ਕਟਾਉਣ ਲੱਗ ਪਏ ਹੋ, ਇਹ ਬਰਦਾਸ਼ਤ ਤੋਂ ਬਾਹਰ ਹੋ ਜਾਣਾ। ਇਹ ਬਿਲਕੁਲ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਕਿ ਇਸ ਪ੍ਰਕਾਰ ਚੁਣੇ ਹੋਏ ਸਾਡੇ MLA ਬੰਦੇ ਜਿਹੜੇ ਉੱਥੋਂ ਦੇ ਲੀਡਰ ਹੈ ਉਹਨਾਂ ਦੀ ਜਿਹੜੀ ਤੁਹੀਨ ਕਰਾਈ ਜਾ ਰਹੀ ਹੈ ਪੁਲਿਸ ਤੋਂ ਕੇਵਲ ਆਮ ਆਦਮੀ ਪਾਰਟੀ ਨੂੰ ਖੁਸ਼ ਕਰਨ ਦੇ ਮਾਰਿਆਂ, ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਮਾਂ ਤੁਹਾਡਾ ਹੈ, ਹੁਣ ਦੱਬ ਕੇ ਜ਼ੋਰ ਲਾ ਲਓ, ਭੁੱਲ ਨਾ ਜਾਇਓ, ਫਿਰ ਇਹ ਨਾ ਕਿਹੋ ਜੋ ਵੀ ਸਾਡੇ ਤੋਂ ਅਸੀਂ ਆਹ ਕੰਮ ਨਹੀਂ ਕਰ ਪਾਏ। ਹੁਣ ਆਮ ਆਦਮੀ ਪਾਰਟੀ ਦੇ ਆਪਦੇ ਆਕਾਵਾਂ ਨੂੰ ਖੁਸ਼ ਕਰ ਲਓ ਤੇ ਲੈ DSP ਸਾਹਿਬ ਤੂੰ ਮੇਰਾ ਵੀਰ ਤਿਆਰੀ ਰੱਖੀ ਜ਼ਿੰਦਗੀ 'ਚ, ਔਰ ਯਾਦ ਰੱਖੀ ਜੋ ਅੱਜ ਹੋਇਆ ਇਹ ਤੇਰੇ ਨਾਲ ਇੱਦਾਂ ਹੀ ਕਰਨਾ ਅਸੀਂ। ਸੋ ਮੇਰੀ ਬੇਨਤੀ ਹੈ ਸਾਰੇ ਜ਼ੀਰੇ ਸਾਹਿਬ ਦੇ ਵਰਕਰਾਂ ਨੂੰ, ਹੌਸਲੇ 'ਚ ਰਹੋ,
ਆਪਾਂ ਆਉਣੇ ਆ ਤੇ ਬੈਠ ਕੇ ਵਿਉਂਤ ਬਣਾ ਕੇ ਤੇ ਫਿਰ ਇਸ ਪੁਲਿਸ ਦੀ ਔਰ ਆਮ ਆਦਮੀ ਪਾਰਟੀ ਦੀ ਇੱਟ ਨਾਲ ਇੱਟ ਖੜਕਾਉਣੇ ਆ। ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ, ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ। ਸਾਰੀ ਕਾਂਗਰਸ ਪਾਰਟੀ ਡਟ ਕੇ ਕੁਲਬੀਰ ਸਿੰਘ ਜੀਰਾ ਦੇ ਨਾਲ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਖੜੀ ਹੈ, ਇਸੇ ਤਰ੍ਹਾਂ ਹੀ ਚਟਾਂਗ ਵਾਂਗ ਖੜੀ ਰਹੇਗੀ। ਸੋ ਚਿੰਤਾ ਨਾ ਕਰੋ, ਚੜ੍ਹਦੀ ਕਲਾ ਚ ਰਹੋ। ਬਾਬਾ ਦੀਪ ਸਿੰਘ ਦੇ ਵਾਂਗੂ ਆਪਾਂ ਅਸੀਂ ਗੁਰੂ ਮਹਾਰਾਜ ਦੀ ਉਹ ਲਾਡਲੀ ਫੌਜ ਆ। ਸਾਨੂੰ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਚੜ੍ਹਦੀ ਕਲਾ ਚ ਰਹਿਣਾ ਤੇ ਕੋਈ ਗੱਲ ਨਹੀਂ, ਇਹੋ ਜਿਹਾ ਕੰਮ ਹੁੰਦਾ ਰਹਿੰਦਾ। ਸਾਡਾ ਜਿਹੜਾ ਛੋਟਾ ਭਰਾ ਹੈ ਜਰਨੈਲ ਹੈ, ਉਹ ਚੜ੍ਹਦੀ ਕਲਾ ਚ ਹੈ। ਸੋ ਜਿਉਂਦੇ ਰਹੋ, ਮਿਲਦੇ ਆ ਤੁਹਾਨੂੰ ਅੱਜ ਜਾਂ ਸਵੇਰ ਤੱਕ। ਗੁਰਦਾਸਪੁਰ ਚ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ਤੇ ਬਰਿੰਦਰ ਪਾੜਾ ਸਮੇਤ ਕਈ ਆਗੂਆਂ ਵੱਲੋਂ DC ਦਫ਼ਤਰ ਵਿਖੇ ਹੰਗਾਮਾ ਕੀਤਾ ਗਿਆ। ਇਸ ਮੌਕੇ ਦੌਰਾਨ ਸਾਰੇ ਆਗੂ ਕਾਫ਼ੀ ਗਰਮੋ ਗਰਮੀ ਵਾਲੇ ਅੰਦਾਜ਼ ਵਿੱਚ ਨਜ਼ਰ ਆਏ ਸਨ। ਜਾਣਕਾਰੀ ਮੁਤਾਬਕ ਸੁਖਜਿੰਦਰ ਰੰਧਾਵਾ, ਪ੍ਰਤਾਪ ਸਿੰਘ ਬਾਜਵਾ ਤੇ ਹੋਰ ਪਾਰਟੀ ਮੈਂਬਰਾਂ ਨੇ DC ਦਫ਼ਤਰ 'ਚ ਪੰਚਾਇਤੀ ਚੋਣਾਂ ਲਈ ਜੋ ਲੋੜੀਂਦੇ ਦਸਤਾਵੇਜ਼ ਪ੍ਰਾਪਤ ਨਹੀਂ ਹੋਏ ਸਨ ਉਸ ਲਈ ਗੱਲ ਕਰਨ ਲਈ ਪਹੁੰਚੇ ਸਨ, ਪਰ DC ਉਮਰ ਸ਼ੰਕਰ ਗੁਪਤਾ ਨਾਲ ਗੱਲ ਨਹੀਂ ਹੋਈ। ਇਸ ਤੋਂ ਬਾਅਦ ਤਿੱਖੀ ਬਹਿਸਬਾਜ਼ੀ ਸ਼ੁਰੂ ਹੋ ਗਈ। ਤੁਸੀਂ ਦੇਖ ਰਹੇ ਹੋ DC ਦਫ਼ਤਰ ਦੇ ਵਿੱਚ, DC ਦਫ਼ਤਰ ਦੇ ਵਿੱਚ ਆਪਸ ਵਿੱਚ ਮੈਮੈਂਟ ਹੋਈ ਆ, ਮੇਰੀ ਲੋੜ ਪੈਣੀ ਆ ਤਾਂ ਦੁਆ ਕਰਾਂ ਮਾਰ ਕੁਛ ਤਸਵੀਰਾਂ ਦੇਖ ਲਓ ਜੀ DC ਦਫ਼ਤਰ ਦੀਆਂ। DC ਦਫ਼ਤਰ ਦੀਆਂ DC ਦਫ਼ਤਰ ਦੀਆਂ ਤਸਵੀਰਾਂ ਦੇਖ ਰਹੇ ਹੋ ਗੁਰਦਾਸਪੁਰ ਦੀਆਂ। ਜਿਹੜਾ ਪਰਚਾ ਦੇਣਾ ਦੇ ਵਾਲਾ ਬੈਠੇ, ਇਹ ਕੋਈ ਤਰੀਕਾ ਮੈਨੂੰ ਦੱਸੋ, ਇਹ ਕੋਈ ਤਰੀਕਾ ਮਾਮਾ ਲੱਗਦਾ ਬਾਹਰ ਭੇਜਣ ਦਾ। ਮਾਰਦੇ ਜਿੱਦਾਂ ਨਵੇਂ DC ਆ ਗਿਆ ਇੱਥੇ, ਇੱਕ ਨੰਬਰ ਦਾ ਕਰਪਟ ਆ ਸਾਡਾ, ਹਾਲੇ ਇੱਕ ਰਹਿ ਗਿਆ, ਕਿਹੜਾ ਬੰਬ ਚੱਲ ਜਾਣਾ ਸਾਡੇ ਤੇ, ਇੱਥੋਂ DTO ਰਹਿ ਗਈ ਜਾਨੂੰ ਪਤਾ ਤੁਹਾਨੂੰ। ਸ਼ਰੇਆਮ ਵੀ ਕਹਿ ਦੋ ਕਿ ਅਸੀਂ ਜੀ ਧੱਕਾ ਕਰਨਾ, ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ, ਤੁਸੀਂ ਜੋ ਕੁਝ ਕਰਨਾ ਕਰੋ, ਅਸੀਂ ਤੇ ਸਾਡੇ ਕੋਲ ਜੋ ਤਾਕਤ। ਬਾਜਵਾ ਸਾਹਿਬ ਛੱਡੋ ਇਹਨਾਂ ਗੱਲਾਂ ਨੂੰ, ਕਸ਼ਨ ਬਾਹਰ ਕੱਢ ਕੇ ਦੱਸੀ, ਕਦੋਂ ਨੂੰ ਬਾਹਰ ਕਰਕੇ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਰੇ ਪੰਜਾਬ 'ਚ ਵੱਡੇ ਪੈਮਾਨੇ 'ਤੇ ਇਹ ਆਪ ਸਰਕਾਰ ਨੇ ਧਾਰਨੇ ਦਿੱਤੇ। ਅਫਸੋਸ ਦੀ ਗੱਲ ਹੈ, ਕਈ ਪੰਚਾਇਤਾਂ ਇਹੋ ਜਿਹੀਆਂ ਨੇ, ਇੱਥੇ ਬਾਂਸ ਬਰੇਲੀ ਇੱਕ ਪਿੰਡ ਹੈ ਡੋਗਰ ਮੇਸ਼ਾ 'ਚ, ਉਹ ਪੱਤੀ ਵੱਖਰੀ ਹੋਈ ਹੈ। ਸਾਰੇ ਪਿੰਡ ਦੇ ਵਿੱਚ ਇੱਕ ਵੀ ਘਰ ਸ਼ਡਿਊਲ ਕਾਸਟ ਵੀਰਾਂ ਦਾ ਹੈ ਨਹੀਂ, ਉਸ ਪਿੰਡ ਨੂੰ SC ਕਰ ਦਿੱਤਾ। ਬਹੁਤ ਸਾਰੇ ਲੋਕਾਂ ਦੀਆਂ ਵਾਰਡ ਬੰਦੀਆਂ ਦੇ ਵਿੱਚ ਇੱਥੋਂ ਦੇ MLA ਦੇ ਕਹਿੰਦੇ, ਅਨਫੋਰਚੁਨੇਟ ਗੱਲ ਹੈ ਕਿ ਕਿਸੇ ਦੀ ਵੋਟ ਕਿਤੇ ਹੈ ਉਹਨੂੰ ਦੂਸਰੇ ਵਾਰਡਾਂ 'ਚ ਪਹੁੰਚਾ ਦਿੱਤਾ। ਰੈਜ਼ਰਵੇਸ਼ਨ ਜਿਹੜੀ ਮਹਿਕਮੇ ਨੂੰ ਚਾਹੀਦੀ ਸੀ ਕੈਲੰਡਰ ਮੁਤਾਬਕ ਕਰਨੀ, ਉਹ ਆਪਦੇ MLA ਕਰ ਰਹੇ ਨੇ। ਵੱਡੇ ਪੈਮਾਨੇ 'ਤੇ ਲੁੱਟ ਹੈ, ਦੋ ਦੋ ਤਿੰਨ ਤਿੰਨ ਪਾਸਿਓਂ ਇਹਨਾਂ ਦੇ MLA ਪੈਸੇ ਲੈ ਰਹੇ ਨੇ। ਪਹਿਲੇ ਤਾਂ ਕਿਸੇ ਨੂੰ ਕਹਿਤਾ ਰੈਜ਼ਰਵੇਸ਼ਨ ਕਰਦੇ ਨੇ ਉਹਦੇ ਕੋਲ ਫੜ ਲਏ ਨੇ, ਕਿਸੇ ਨੇ ਕਹਿਤਾ ਰੈਜ਼ਰਵੇਸ਼ਨ ਰੋਕ ਤੋਂ ਉਹਦੇ ਕੋਲ ਫੜ ਲਏ ਨੇ, ਜਿਹੜਾ ਆਇਆ ਉਹਦੇ ਕੋਲ ਪੈਸਿਆਂ ਦਾ। ਮੇਰਾ ਖਿਆਲ ਹੈ ਇੰਨੀ ਕਰਪਟ ਗਵਰਨਮੈਂਟ, ਇੰਨੇ ਕਰਪਟ ਇਹਨਾਂ ਦੇ MLA, ਜਦੋਂ ਦਾ ਦੇਸ਼ ਆਜ਼ਾਦ ਹੋਇਆ ਮੈਂ ਨਹੀਂ ਕਿਤੇ, ਇਹ ਮੈਂ ਸਮਝਦਾ ਕਿ ਸਾਰਿਆਂ ਨੂੰ ਵੱਡਾ ਜਮਹੂਰੀਅਤ ਦਾ ਕਤਲ ਭਗਵੰਤ ਨੇ ਅਤੇ ਇਹਦੀ ਟੀਮ ਨੇ ਕੀਤਾ।
ਅਲੀ ਬਾਬਾ ਤੇ ਚਾਰੀ ਚੋੜਾਂ ਵਾਲਾ ਇਹਨਾਂ ਦਾ ਕੰਮ ਹੈ, ਕੋਈ ਸੈਕਟਰੀ ਅਵੇਲੇਬਲ ਨਹੀਂ, ਟੈਲੀਫੋਨ ਸੈਕਟਰੀ ਨੇ ਬੰਦ ਕੀਤੇ ਨੇ, ਕਿਸੇ ਨਾਲ ਗੱਲ ਕਰੀ ਦੀ ਉਹ ਕਹਿੰਦੇ ਜੀ ਅਸੀਂ ਕਰੀਏ ਕਿ ਸਾਨੂੰ ਡਰਾਇਆ ਧਮਕਾਇਆ ਬੜਾ, ਬੀ ਡੀ ਪੀ ਓ ਕਿਤੇ ਨਹੀਂ ਕੋਈ ਲੱਭਦਾ, ਕਿਤੇ ਸੈਕਟਰੀ ਨਹੀਂ ਲੱਭਦਾ, ਕੋਈ ਟੈਲੀਫੋਨ ਨਹੀਂ ਕਰਦੇ। ਸੋ ਮੈਂ ਸਮਝਦਾ ਕਿ ਵੱਡੇ ਪੈਮਾਨੇ ਤੇ ਵੱਡੀ ਧਾਂਦਲੀ ਹੈ, 70% ਪੰਜਾਬ ਪਿੰਡਾਂ ਚ ਵੱਸਦਾ। ਇਹਨਾਂ ਨੇ ਜਿਹੜੀ ਸਹੀ ਜਮਹੂਰੀਅਤ ਹੈ, ਲੋਕ ਰਾਜ ਸਾਡਾ ਪੰਚਾਇਤਾਂ ਤੋਂ ਸ਼ੁਰੂ ਹੁੰਦਾ, ਇਹਨਾਂ ਪੰਚਾਇਤਾਂ ਦੇ ਇੰਟਰਸਟ ਹੀ ਕਤਲ ਕਰ ਦਿੱਤੇ। ਤੋ ਇਸ ਕਿਸਮ ਦੀ ਸਰਕਾਰ ਤੋਂ ਕੀ ਅਸੀਂ ਐਕਸਪੈਕਟ ਕਰ, ਜਿੱਥੇ ਫਰੀ ਇਲੈਕਸ਼ਨ ਨਹੀਂ ਹੋ ਸਕਦੀ। ਭਗਵੰਤ ਨੇ ਅਸੈਂਬਲੀ ਦੇ ਵਿੱਚ ਫਲੋਰ ਆਫ ਦੀ ਹਾਊਸ ਦੇ ਵਿੱਚ ਇਸ ਗੱਲ ਦੀ ਸਾਨੂੰ ਸਾਰੇ ਹਾਊਸ ਨੂੰ ਤੇ ਪੰਜਾਬ ਨੂੰ ਇਹਦੀ ਇੰਸ਼ੋਰੈਂਸ ਦਿੱਤੀ ਸੀ ਕਿ ਫਰੀ ਐਂਡ ਫੇਅਰ ਪੋਲ ਹੋਏਗਾ, ਹਰ ਆਦਮੀ ਨੂੰ ਪੂਰਨ ਹੱਕ ਹੋਏਗਾ ਆਪਣੀਆਂ ਪੰਚਾਇਤਾਂ ਨੂੰ ਰਿਪ੍ਰੈਜੈਂਟ ਕਰਨ ਦਾ। ਮੈਂ ਸਮਝਦਾ ਕਿ ਇਹ ਪੰਚਾਇਤਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਪੰਚਾਇਤਾਂ ਦਾ ਤੇ ਪਿੰਡ ਦਾ ਤਾਂ ਕੋਈ ਸੌਰਿਆ ਨਹੀਂ, ਇਹਨਾਂ ਦੇ ਐਮਐਲਏ ਦਾ ਜ਼ਰੂਰ ਸੌਰ ਗਿਆ। ਇਹਨਾਂ ਨੇ ਗੱਫੇ ਤਿੰਨ ਤਿੰਨ ਜਗ੍ਹਾ ਤੋਂ ਚੱਕੇ, ਕੋਈ ਪਿੰਡ ਨਹੀਂ ਸੁੱਕਾ ਛੱਡਿਆ ਇਹਨਾਂ ਦੇ ਪਿਓ ਦੇ ਪੁੱਤਰਾਂ ਨੇ। ਮੈਂ ਹੈਰਾਨ ਹਾਂ ਕਿਸ ਕਿਸਮ ਦੇ ਲੋਕ ਨੇ, ਕਿਸ ਕਿਸਮ ਦੀ ਜਮਾਤ ਹੈ ਤੇ ਕਿਸ ਕਿਸਮ ਦੀ ਸਰਕਾਰ। ਪੰਜਾਬ ਵਿੱਚ ਝੋਨੇ ਦੀ ਖਰੀਦ ਦੇ ਸੀਜ਼ਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਵਿੱਚ ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਨੂੰ ਲੈ ਕੇ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਅਹਿਮ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਉਹਨਾਂ ਨੂੰ ਮੰਡੀਆਂ ਦਾ ਦੌਰਾ ਕਰਨ ਦੀ ਹਦਾਇਤ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਫਸਰਾਂ ਨੂੰ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਫਸਲ ਦੀ ਖਰੀਦ ਅਤੇ ਲਿਫਟਿੰਗ ਦੇ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ, ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਮਜ਼ਦੂਰਾਂ ਨੂੰ ਲਾਭ ਪਹੁੰਚਾਉਣ ਲਈ ਮੰਡੀ ਲੇਬਰ ਪੰਚਾਇਤੀ ਚੋਣਾਂ ਨੂੰ ਲੈ ਕੇ ਮੰਗਲਵਾਰ ਨੂੰ ਸੂਬੇ ਦੀ ਸੱਤਾਧਾਰੀ ਪਾਰਟੀ ਦਾ ਇੱਕ ਵਫਦ ਵਿੱਤ ਮੰਤਰੀ ਹਰਪਾਲ ਚੀਮਾ ਦੀ ਅਗਵਾਈ ਹੇਠ ਰਾਜ ਚੋਣ ਕਮਿਸ਼ਨ ਰਾਜ ਕਮਲ ਚੌਧਰੀ ਨੂੰ ਮਿਲਿਆ। ਇਸ ਮੀਟਿੰਗ ਦੌਰਾਨ ਵਫਦ ਨੇ ਸੂਬੇ ਵਿੱਚ ਚੱਲ ਰਹੀਆਂ ਪੰਚਾਇਤੀ ਚੋਣਾਂ ਨੂੰ ਸਾਫ਼ ਸੁਥਰੇ ਅਤੇ ਪਾਰਦਰਸ਼ਤਾ ਢੰਗ ਨਾਲ ਚਲਾਉਣ ਦੀ ਮੰਗ ਕੀਤੀ ਹੈ। ਚੋਣ ਕਮਿਸ਼ਨ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸੂਬੇ ਦੇ ਕਈ ਥਾਵਾਂ ਤੋਂ ਸਰਪੰਚੀ ਨੂੰ ਲੈ ਕੇ ਪੈਸੇ ਦੇ ਜ਼ੋਰ ਨਾਲ ਖਰੀਦਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ, ਜੋ ਕਿ ਲੋਕਤੰਤਰ ਦਾ ਮਜ਼ਾਕ ਹੈ, ਜਿਸ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਸਭ ਤੋਂ ਪਹਿਲਾਂ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਆਮ ਆਦਮੀ ਪਾਰਟੀ ਦੀ ਇਸ ਇੰਪੋਰਟੈਂਟ ਪ੍ਰੈਸ ਵਾਰਤਾ ਨੂੰ ਕਵਰ ਕਰਨ ਲਈ ਪਹੁੰਚੇ ਹੋ। ਮੇਰੇ ਨਾਲ ਸਾਡੇ ਸਾਰੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਸਪੋਕਸਮੈਨ, ਚੇਅਰਮੈਨ ਸਾਹਿਬਾਨ ਅੱਜ ਆਏ ਨੇ। ਅੱਜ ਅਸੀਂ ਇੱਕ ਬੜੇ ਇੰਪੋਰਟੈਂਟ ਇਸ਼ੂ ਦੇ ਲੈ ਕੇ ਪੰਜਾਬ ਸਟੇਟ ਦੇ ਇਲੈਕਸ਼ਨ ਕਮਿਸ਼ਨ, ਪੰਜਾਬ ਸਟੇਟ ਦੇ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਇਆਂਗੇ ਕਿ ਪੰਜਾਬ ਦੇ ਅੰਦਰ ਪੰਜਾਬ ਦੀਆਂ ਸਰਪੰਚਾਂ ਦੀਆਂ, ਪੰਜਾਬ ਦੀਆਂ ਪੰਚਾਂ ਦੀਆਂ, ਯਾਨੀ ਕਿ ਡੈਮੋਕ੍ਰੇਸੀ ਦੇ, ਲੋਕਤੰਤਰ ਦੇ ਸਭ ਤੋਂ ਛੋਟੇ ਅੰਗ ਦੀਆਂ ਇਲੈਕਸ਼ਨ ਜਿਹੜੀ ਆ ਉਹ ਪੰਜਾਬ 'ਚ ਕਰਾਈਆਂ ਜਾ ਰਹੀਆਂ ਨੇਗੀਆਂ। ਹਰੇਕ 5 ਸਾਲਾਂ ਬਾਅਦ ਪ੍ਰੋਸੈਸ ਆ ਕਿ ਪੰਚ ਚੁਣਿਆ ਜਾਂਦਾ ਹੈਗਾ, ਸਰਪੰਚ ਚੁਣਿਆ ਜਾਂਦਾ ਹੈਗਾ, ਕਿਉਂਕਿ ਇਸ ਵਾਰ ਇਲੈਕਸ਼ਨ ਜਿਹੜੀ ਆ ਉਹ 15 ਅਕਤੂਬਰ ਨੂੰ ਹੋਣ ਜਾ ਰਹੀ ਹੈਗੀ। ਸੋ ਉਹਦੇ ਸੰਬੰਧ ਦੇ ਵਿੱਚ ਅਸੀਂ ਵਫਦ ਜਿਹੜਾ ਸਾਡਾ ਆਮ ਆਦਮੀ ਪਾਰਟੀ ਦਾ ਉਹ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏਗੇ। ਬੜਾ ਸਪਸ਼ਟ ਆ ਕਿ ਡੈਮੋਕ੍ਰੇਸੀ ਦੇ ਅੰਦਰ, ਲੋਕਤੰਤਰ ਦੇ ਅੰਦਰ ਸਭ ਤੋਂ ਛੋਟੀ ਇਕਾਈ ਜਿਹੜੀ ਆ ਉਹ ਪੰਚ ਨੂੰ ਮੰਨਿਆ ਗਿਆ, ਉਸ ਤੋਂ ਬਾਅਦ ਸਰਪੰਚ ਨੂੰ ਮੰਨਿਆ ਗਿਆ। ਔਰ ਪੰਜਾਬ ਦੇ ਅੰਦਰ ਥੋੜ੍ਹੇ ਦਿਨ ਪਹਿਲਾਂ ਜਦੋਂ ਇਲੈਕਸ਼ਨ ਕਮਿਸ਼ਨ ਵੱਲੋਂ ਇਲੈਕਸ਼ਨ ਡਿਕਲੇਅਰ ਹੋਈ ਤਾਂ ਉਸ ਸਮੇਂ ਮਾਡਲ ਕੋਡ ਆਫ ਕੰਡਕਟ ਜਿਹੜਾ ਉਹ ਲੱਗਿਆ, ਪਰ ਲੇਕਿਨ ਪਿੱਛੇ ਜੇ ਕੁਛ ਘਟਨਾਵਾਂ ਵਾਪਰੀਆਂ, ਕੁਛ ਜਿਹੜੀਆਂ ਮੀਡੀਆ ਰਿਪੋਰਟਸ ਸਾਹਮਣੇ ਆਈਆਂ
ਕਿ ਪੰਜਾਬ ਦੇ ਅੰਦਰ ਕੁਛ ਪਿੰਡਾਂ 'ਚ ਹਾਲਾਂਕਿ ਉਹ ਛਿੱਟ ਪੁੱਟ ਘਟਨਾਵਾਂ ਰਹੀਆਂ, ਇੱਕਾ ਦੁੱਕਾ ਘਟਨਾਵਾਂ ਸਾਹਮਣੇ ਆਈਆਂ ਕਿ ਉੱਥੇ ਪਿੰਡਾਂ ਦੇ ਸਰਪੰਚ ਜਾਂ ਪੰਚ ਜਿਹੜੇ ਨੇਗੇ ਉਹ ਬੋਲੀ ਲਾ ਕੇ ਚੁਣੇ ਜਾਂਦੇ ਨੇਗੇ। ਉਹ ਹਾਇਰ ਜਿਹੜਾ ਬੰਦਾ ਹਾਇਰ ਪ੍ਰਾਈਸ ਜਿਹੜੀ ਆ ਜ਼ਿਆਦਾ ਪੈਸੇ ਪਿੰਡ ਨੂੰ ਦੇਊਗਾ ਜਾਂ ਪਿੰਡ ਦੇ ਕਿਸੇ ਕੰਮ ਲਈ ਲਾਊਗਾ ਉਹਨੂੰ ਦੇਣ ਦੇ ਲਈ ਮੈਂ ਸਮਝਦਾ ਉਹ ਰਿਪੋਰਟਾਂ ਸਾਡੇ ਸਾਹਮਣੇ ਆਈਆਂ ਨੇਗੀਆਂ। ਅੱਜ ਅਸੀਂ ਮਾਨਯੋਗ ਸਾਡੇ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਕੇ ਆਵਾਂਗੇ ਕਿ ਤੁਰੰਤ ਜਿਹੜੇ ਅਜਿਹੇ ਜਿਹੇ ਇੱਕ ਤੁੱਕਾ ਕੇਸ ਸਾਹਮਣੇ ਆਏ ਨੇਗੇ ਉਹਨਾਂ ਦੇ ਖਿਲਾਫ਼ ਤੁਰੰਤ ਐਕਸ਼ਨ ਲਿਆ ਜਾਵੇ, ਤੁਰੰਤ ਜਿਹੜੀ ਇਨਵੈਸਟੀਗੇਸ਼ਨ ਕਰਵਾਈ ਜਾਵੇ ਔਰ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ਼ ਢੁੱਕਵੀਂ ਕਾਰਵਾਈ ਕੀਤੀ ਜਾਵੇ ਤਾਂ ਕਿ ਡੈਮੋਕ੍ਰੇਸੀ ਦੇ ਅੰਦਰ ਲੋਕਤੰਤਰ ਦੇ ਅੰਦਰ ਐਸੀ ਕੋਈ ਥਾਂ ਨਹੀਂ ਨਾ ਹੀ ਮਾਡਲ ਕੋਡ ਆਫ ਕੰਡਕਟ ਜਿਹੜਾ ਉਹ ਇਸ ਤਰ੍ਹਾਂ ਦੇ ਕੰਮਾਂ ਦੀ ਇਜਾਜ਼ਤ ਦਿੰਦਾ ਗਾ। ਸੋ ਇਹਦੇ ਖਿਲਾਫ਼ ਅਸੀਂ ਮਿਲ ਕੇ ਆਵਾਂਗੇ। ਆਮ ਆਦਮੀ ਪਾਰਟੀ ਇਸ ਦੇ ਬਿਲਕੁਲ ਖਿਲਾਫ਼ ਆ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਇਕਾਈ ਇਹ ਚਾਹੁੰਦੀ ਹੈ ਬਿਲਕੁਲ ਫੇਅਰ ਇਲੈਕਸ਼ਨ, ਬਿਲਕੁਲ ਸਾਫ਼ ਸੁਥਰੀ ਇਲੈਕਸ਼ਨ, ਬਿਲਕੁਲ ਪਾਰਦਰਸ਼ਤਾ ਢੰਗ ਦੇ ਨਾਲ ਇਲੈਕਸ਼ਨ ਹੋਵੇ। ਸੋ ਉਹਦੇ ਸੰਬੰਧ ਦੇ ਵਿੱਚ ਅਸੀਂ ਇਹ ਵੀ ਬੇਨਤੀ ਕਰਕੇ ਆਵਾਂਗੇ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਕਿ ਮਾਡਲ ਕੋਡ ਆਫ ਕੰਡਕਟ ਜਿਹੜਾ ਲਾਗੂ ਹੋਇਆ ਗਾ ਉਹਨੂੰ ਉਹਦੀ ਸਟ੍ਰਿਕਟਲੀ ਕੰਪਲਾਈਂਸ ਹੋਵੇ, ਉਹਦੀ 100% ਜਿਹੜੀ ਆ ਉਹ ਲਾਗੂ ਹੋਣਾ ਚਾਹੀਦਾ। ਕਿਤੇ ਵੀ ਕਿਸੇ ਵੀ ਵਿਅਕਤੀ ਨੂੰ ਹਾਈਜੈਕ ਨਹੀਂ ਕਰਨ ਦੀ ਆਗਿਆ ਹੋਣੀ ਚਾਹੀਦੀ, ਬਲਕਿ ਸੰਬੰਧਿਤ SSP ਸਾਹਿਬਾਨ, ਡਿਪਟੀ ਕਮਿਸ਼ਨਰ ਸਾਹਿਬਾਨ, SDM ਸਾਹਿਬਾਨ, BDO, BDPO, DDPO ਜਿੰਨੇ ਵੀ ਅਫਸਰ ਸਾਹਿਬਾਨ ਨੇ ਉਹ ਇਸ ਗੱਲ ਨੂੰ ਇਨਸ਼ੋਰ ਕਰਨ ਕਿ ਪੰਜਾਬ ਦੇ ਅੰਦਰ ਸਾਰੇ ਵਿਅਕਤੀ ਜਿਹੜੇ ਯੋਗ ਨੇਗੇ, ਜਿਹੜੇ ਯੋਗ ਵਿਅਕਤੀ ਨੇ, ਜਿਹੜੇ ਇਲੈਕਸ਼ਨ ਲੜਨ ਦੇ ਯੋਗ ਨੇ, ਉਹਨਾਂ ਨੂੰ ਤੁਰੰਤ ਸਮੇਂ ਦੇ ਅਨੁਸਾਰ NOC ਜਾਰੀ ਹੋਣੇ ਚਾਹੀਦੀਆਂ ਨੇ, ਉਹਨਾਂ ਦੇ ਜਿਹੜੇ ਫਾਰਮ ਨੇਗੇ ਉਹ ਲੈਣੇ ਚਾਹੀਦੇ। ਸਾਰੀ ਗੱਲ ਜਿਹੜੀ ਆ ਅਸੀਂ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਰੱਖ ਕੇ ਆਵਾਂਗੇ। ਔਰ ਇਹਦੇ ਨਾਲ ਹੀ ਕੁਛ ਗੱਲਾਂ ਸਾਹਮਣੇ ਆਈਆਂ ਸੀਗੀਆਂ ਕਿ ਜਦੋਂ ਕਾਊਂਟਿੰਗ ਹੁੰਦੀ ਹੈ ਸ਼ਾਮ ਨੂੰ, ਜਦੋਂ ਸ਼ਾਮ ਨੂੰ ਕਾਊਂਟਿੰਗ ਹੁੰਦੀ ਹੈ 4 ਵਜੇ ਤੋਂ ਬਾਅਦ ਦਾ ਸਮਾਂ ਗਾ ਕਿਉਂਕਿ 4 ਵਜੇ ਤੱਕ ਵੋਟਿੰਗ ਹੋਣੀ ਆ, 4:30 ਜਾਂ 5 ਵਜੇ ਕਾਊਂਟਿੰਗ ਸਟਾਰਟ ਹੋਣੀ ਆ। ਕਈ ਪਿੰਡ ਵੱਡੇ ਨੇ ਜਿਨ੍ਹਾਂ ਦੀ ਵੋਟਰ ਲਿਸਟ ਜਿਹੜੀ ਆ ਉਹ ਲਗਭਗ 10,000 ਤੱਕ ਹੋ ਜਾਂਦੀ ਆ, 9, 10, 11, 12,000 ਤੱਕ ਹੋ ਜਾਂਦੀ ਆ। ਸੋ ਉੱਥੇ ਵੋਟਾਂ ਦੀ ਗਿਣਤੀ ਕਰਦਿਆਂ ਰਾਤ ਨੂੰ ਹਨੇਰਾ ਪੈ ਜਾਂਦਾ ਗਾ। ਸੋ ਉੱਥੇ ਕੋਈ ਗਲਤ ਅੰਸਰ ਮਿਸਯੂਜ਼ ਨਾ ਕਰ ਜੇ। ਸੋ ਉੱਥੇ ਅਸੀਂ ਐਡੀਕਿਊਟ ਸਿਕਿਉਰਿਟੀ ਜਿਹੜੀ ਆ ਸਿਕਿਉਰਿਟੀ ਹੋਰ ਵਧਾਉਣ ਦੀ ਗੱਲ ਕਰਕੇ ਆਵਾਂਗੇ ਕਿ ਉੱਥੇ ਸਿਕਿਉਰਿਟੀ ਵਧਾਈ ਜਾਵੇ। ਔਰ ਸੈਂਸਟਿਵ ਜਿਹੜੇ ਬੂਥ ਨੇ ਜਾਂ ਹਾਈਪਰ ਸੈਂਸਟਿਵ ਜਿਹੜੇ ਬੂਥ ਨੇਗੇ ਉਹਨਾਂ ਨੂੰ ਮੋਨੀਟਰਿੰਗ ਕਰਨ ਦੇ ਲਈ ਸਿਕਿਉਰਿਟੀ ਦੀ ਜਿਹੜੀ ਆ ਹੋਰ ਵਧਾਈ ਜਾਵੇ। ਸੋ ਇਹ ਅਸੀਂ ਔਰ ਇਸ ਦੇ ਨਾਲ ਹੀ ਇੱਕ ਵੱਡਾ ਹੋਰ ਅਸੀਂ ਬੇਨਤੀ ਕਰਕੇ ਆਵਾਂਗੇ ਕਿ ਪੰਜਾਬ ਦੇ ਵੈਸੇ ਤਾਂ ਪੰਜਾਬ ਦਾ ਵੋਟਰ ਜਿਹੜਾ ਉਹ ਬਹੁਤ ਅਵੇਅਰ ਹੈਗਾ ਕਿ ਪੰਜਾਬ ਦੇ ਅੰਦਰ ਹਮੇਸ਼ਾ ਹੀ ਸਾਫ਼ ਸੁਥਰੀਆਂ ਇਲੈਕਸ਼ਨਾਂ ਜਦੋਂ ਪਾਰਲੀਮੈਂਟ ਦੀ ਹੁੰਦੀ ਆ ਜਾਂ ਅਸੈਂਬਲੀ ਦੀ ਹੁੰਦੀ ਆ, ਪਰ ਲੇਕਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਅੰਸਰ ਵੋਟਰ ਨੂੰ ਲੁਭਾਉਣ ਦੇ ਲਈ, ਲਾਲਚ ਦੇਣ ਲਈ, ਕੁਛ ਨਾ ਕੁਛ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਗਾ। ਸੋ ਉਹਦੇ ਖਿਲਾਫ਼ ਵੀ ਅਸੀਂ ਲੈ ਕੇ ਆਵਾਂਗੇ ਕਿ ਆਮ ਆਦਮੀ ਪਾਰਟੀ ਬਿਲਕੁਲ ਫੇਅਰ ਇਲੈਕਸ਼ਨ ਚਾਹੁੰਦੀ ਹੈਗੀ ਕਿ ਜਿਹੜਾ ਵੀ ਕੋਈ ਵਿਅਕਤੀ ਵੋਟਰ ਹੈਗਾ ਪੰਜਾਬ ਦਾ ਉਹਨਾਂ ਵੋਟਰਾਂ ਨੂੰ ਅਵੇਅਰਨੈਸ ਡਰਾਈਵ ਜਿਹੜੀ ਆ ਉਹ ਵੀ ਇਲੈਕਸ਼ਨ ਕਮਿਸ਼ਨ ਚਲਾਵੇ ਕਿ ਪੰਜਾਬ ਦਾ ਹਰ ਇੱਕ ਵੋਟਰ ਜਿਹੜਾ ਉਹ ਆਪਦੇ ਰਾਈਟ ਜਾਣਦਾ ਹੋਵੇ, ਅਵੇਅਰ ਹੋਵੇ। ਸੋ ਉਹਦੇ ਲਈ ਅਸੀਂ ਸਪੈਸ਼ਲ ਡਰਾਈਵ ਚਲਾਉਣ ਦੀ ਵੀ ਬੇਨਤੀ ਕਰਕੇ ਆਵਾਂਗੇ। ਇਹ ਮੰਗਾਂ ਅਸੀਂ ਇਲੈਕਸ਼ਨ ਕਮਿਸ਼ਨ ਸਾਹਿਬ ਦੇ ਸਾਹਮਣੇ ਸਾਡੇ ਵਫਦ ਨੇ ਰੱਖੀਆਂ ਨੇਗੀਆਂ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਸਾਨੂੰ ਭਰੋਸਾ ਦਿਵਾਇਆ ਗਾ ਕਿ ਤੁਰੰਤ ਉਹਨਾਂ ਨੇ ਮੀਟਿੰਗ ਬੁਲਾਈ ਆ ਕਿ ਮੈਂ DGP ਸਾਹਿਬ ਨੂੰ ਦਾ ਮੀਟਿੰਗ ਬੁਲਾ ਕੇ ਐਡੀਕੁਏਟ ਸਿਕਿਉਰਿਟੀ ਜਿਹੜੀ ਆ ਸਿਕਿਉਰਿਟੀ ਦਾ ਪ੍ਰਬੰਧ ਕਰਾਂਗੇ। ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਪਹਿਲਾਂ 1-2 ਘਟਨਾਵਾਂ ਸਾਹਮਣੇ ਆਈਆਂ ਨੇਗੀਆਂ ਉਹਨਾਂ ਦੇ ਖਿਲਾਫ਼ ਉਹਨਾਂ ਨੇ ਸਖ਼ਤ ਐਕਸ਼ਨ ਲੈਣ ਲਈ ਸਾਡੇ ਸਾਹਮਣੇ ਆਪਣੀ ਵਚਨਬੱਧਤਾ ਦਿਖਾਈ ਹੈਗੀ, ਦੁਹਰਾਈ ਹੈਗੀ। ਸੋ ਮੈਂ ਸਮਝਦਾ ਅੱਜ ਆਮ ਆਦਮੀ ਪਾਰਟੀ ਕਿਉਂਕਿ ਚਾਹੁੰਦੀ ਹੈਗੀ ਕਿ ਪੰਜਾਬ ਦੇ ਅੰਦਰ ਇਲੈਕਸ਼ਨ ਜਿਹੜੀ ਆ ਉਹ ਸਾਫ਼ ਸੁਥਰੀ ਪਾਰਦਰਸ਼ਤਾ ਢੰਗ ਦੇ ਨਾਲ ਹੋਵੇ, ਇਸ ਗੱਲ ਨੂੰ ਲੈ ਕੇ ਅਸੀਂ ਅੱਜ ਆਪਣਾ ਮੈਮੋਰੈਂਡਮ ਜਿਹੜਾ ਉਹ ਸਬਮਿਟ ਕਰਕੇ